ਭ੍ਰਿਸ਼ਟਾਚਾਰੀ ਅਫਸਰਾਂ ਨੂੰ ਨੱਥ ਪਾਉਣ ਦੇ ਲਈ ਵਿਜੀਲੈਂਸ ਅਧਿਕਾਰੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ। ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਮੁਹਿੰਮ ਦੇ ਤਹਿਤ SHO ਬਲਕੌਰ ਸਿੰਘ ਅਤੇ ASI ਪਰਮਜੀਤ ਸਿੰਘ ਥਾਣਾ ਜ਼ਿਲ੍ਹਾ ਬਠਿੰਡਾ ਨੂੰ 50,000 ਰੁਪਏ ਬਤੌਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ SHO ਅਤੇ ASI ਨੂੰ ਰਾਮ ਲਾਲ ਵਾਸੀ ਪਿੰਡ ਮਹਿਮਾ ਸਰਕਾਰੀ ਜ਼ਿਲ੍ਹਾ ਬਠਿੰਡਾ ਜੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਉਸਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਦੋਹਾਂ ਦੋਸ਼ੀਆਂ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਮਾਮਲਾ ਸੀ ਜੀ ਹਰਚਰਨ ਸਿੰਘ ਸੀਗਾ ਦਸ਼ਮੇਸ਼ ਨਗਰ ਗੋਨਿਆਣ ਦਾ ਰਹਿਣ ਵਾਲਾ। ਇੱਥੋਂ 30 ਲੱਖ ਰੁਪਇਆ ਵਿਆਜ ਤੇ ਲਿਆ ਸੀ ਤਕਰੀਬ 1.5 ਸਾਲ ਪਹਿਲਾਂ ਰਾਮ ਲਾਲ ਤੇ ਗੁਰਤੇਜ ਨੇ, ਤੇ ਇਹਨਾਂ ਨੇ ਉਤੋਂ ਹੋਰ ਪੈਸੇ ਦੀ ਮੰਗ ਕਰਦੇ ਹੋਏ ਜਿਹੜਾ ਹੈਗਾ ਦੁਬਾਰਾ ਕਿਹਾ ਸੀ ਵੀ ਅਸੀਂ ਹੋਰ ਪੈਸੇ ਲੈਣੇ ਨੇ ਬਿਆਨੇ 'ਤੇ, ਤੁਹਾਨੂੰ ਰਜਿਸਟਰੀ ਕਰਾ ਦਾਂਗੇ। ਉਹਦੇ ਘਰੇ ਗਏ, ਘਰੇ ਜਾ ਕੇ ਜਦੋਂ ਉਹਨਾਂ ਨੂੰ ਗੁਰਤੇਜ ਨੇ ਇਹਨੂੰ ਹਰਚਰਨ ਨੂੰ ਵਿਸ਼ਵਾਸ ਹੋ ਗਿਆ ਵੀ ਇਹਨਾਂ ਨੇ ਪੈਸੇ ਸਾਡੇ ਮੋੜਨੇ ਨਹੀਂ, ਤਾਂ ਉਹਨਾਂ ਦੇ ਨਾਲ ਆਪਸ ਵਿੱਚ ਥੋੜ੍ਹਾ ਜਿਹਾ ਨਾ ਤਕਰਾਰ ਹੋਇਆ ਅਤੇ ਇਹਨਾਂ ਦਾ ਵੈਪਨ ਲੈ ਕੇ ਅਤੇ ਉਹਦੇ ਨਾਲ ਫਾਇਰਿੰਗ ਕਰਤੀ ਹਰਚਰਨ ਨੇ, ਅਤੇ ਇਹ ਮਾਮਲਾ ਥਾਣੇ ਰਿਪੋਰਟ ਕੀਤੀ। ਹਰਚਰਨ ਸਿੰਘ ਨੇ ਮੇਰੇ ਘਰ ਆ ਕੇ ਇਹਨਾਂ ਨੇ ਫਾਇਰਿੰਗ ਕੀਤੀ ਹੈ, ਜਿਸ 'ਤੇ SHO ਨੇ ਬੁਲਾ ਕੇ 4 ਤਰੀਕ ਨੂੰ ਇਸੇ ਮਹੀਨੇ ਦੀ ਨੂੰ ਇਹਨਾਂ ਦਾ ਸਮਝੌਤਾ ਕਰਾਤਾ। 5 ਤਰੀਕ ਨੂੰ ਜਦੋਂ ਇਹਨਾਂ ਤੋਂ ਪੈਸੇ ਲਏ ਤਾਂ ਇਹਨਾਂ ਨੇ ਮਨਾ ਕਰਤਾ, ਅਤੇ ਉਹਦੇ ਵਿੱਚ SHO ਨੇ ਫਿਰ ਇਹਨਾਂ ਨੂੰ ਧਮਕੀ ਦਿੱਤੀ ਥੋੜ੍ਹੇ ਜਿਹੇ ਪਰਚਾ ਦੇਊਂਗਾ ਆਰਮ ਐਕਟ ਦਾ, ਕਿਉਂਕਿ ਤੁਸੀਂ ਘਰੇ ਜਾ ਕੇ ਉਹਨਾਂ ਦਾ ਕੀਤਾ 452 ਵਗੈਰਾ ਲਾਊਂਗਾ, ਅਤੇ ਉਸ 'ਤੇ ਪ੍ਰੈਸ਼ਰ ਬਣਾ ਕੇ ਇਹਨਾਂ ਤੋਂ 3-3 ਲੱਖ ਰੁਪਇਆ ਦੀ ਡਿਮਾਂਡ ਕੀਤੀ, ਜਿਹਦੇ 'ਤੇ ਇਹਨਾਂ ਦੀ ਗੱਲ ਜਿਹੜੀ ਮੁੱਕੀ। 3 ਲੱਖ ਰੁਪਈਏ ਹਰਚਰਨ ਸਿੰਘ ਆਪਣੇ ਗੁਰਤੇਜ ਤੋਂ 3 ਲੱਖ ਰੁਪਇਆ ਲੈ ਲਿਆ, ਅਤੇ ਦੂਜੇ ਤੋਂ ਜਿਹੜਾ ਹੈਗਾ ਸੀ ਰਾਮ ਲਾਲ ਜਿਹੜਾ ਸਾਡਾ ਹੁਣ ਇੱਥੇ ਮਦਈ ਆ ਉਹਦੇ ਤੋਂ 3 ਲੱਖ ਦੀ ਮੰਗ ਕੀਤੀ, ਅਤੇ ਉਹ 1-3 ਲੱਖ ਦੇ ਗਿਆ, ਅਤੇ ਦੂਜੇ ਨੇ ਉਹਦੇ ਕੋਲ ਪੈਸੇ ਨਹੀਂ ਬਣੇ, ਜਿਹਦੇ ਕਰਕੇ ਇਹ 50,000 ਰੁਪਇਆ ਕੱਲ੍ਹ ਸਵੇਰੇ ਲੈ ਲਿਆ ਸੀ ਅਤੇ ਅੱਜ ਸ਼ਾਮੀ ਇਹਨੇ 50,000 ਰੁਪਇਆ ਦੁਬਾਰਾ ਦੇਣ ਦਾ ਵਾਅਦਾ ਕੀਤਾ, ਜਿਸ 'ਤੇ ਸਾਡੀ ਜਿਹੜੀ ਪੁਲਿਸ ਪਾਰਟੀ ਨੇ ਜਾ ਕੇ ਸਾਰੀ ਨੇ ਉੱਥੇ ਜਾ ਕੇ ਉਹਨੂੰ ਕਵਰ ਕੀਤਾ, ਅਤੇ SHO ਨੇ ਦੀ ਹਦਾਇਤ 'ਤੇ ਅਸੀਂ ਪਰਮਜੀਤ ਸਿੰਘ ਨੇ ਪੈਸੇ ਫੜੇ ਨੇ ਉਹਦੇ ਦਫ਼ਤਰ 'ਚ, ਦੋਨਾਂ ਨੂੰ ਰਾਊਂਡ ਅਪ ਕਰ ਲਿਆ, ਫਿਰ ਰੈੱਡ ਹੈਂਡਰਡ ਫੜੇ ਗਏ। ਇਹਦੇ ਕੋਲੋਂ 50,000 ਰੁਪਏ ਜਿਹੜਾ ਹੈਗਾ ਰੈੱਡ ਹੈਂਡਰਡ ਫੜੇ ਨੇ SHO ਬਲਕੌਰ ਸਿੰਘ 2016 ਬੈਚ ਦਾ, ਅਤੇ ASI ਪਰਮਜੀਤ ਸਿੰਘ ਹੈ ਇਹ ਰੈਂਕਰ ਹੈ, ਅਤੇ ਜਿਹੜੇ 50,000 ਸਵੇਰੇ ਲਏ ਸੀ ਉਹ SHO ਦੀ ਗੱਡੀ ਦੇ ਵਿੱਚੋਂ ਜਿਹੜੇ ਹੈਗੇ ਨੇ ਬਾਅਦ 'ਚ ਬਰਾਮਦ ਕਰ ਲਏ ਨੇ ਸਰਕਾਰੀ ਵਾਹਨ ਸਾਹਮਣੇ। ਸਰ ਤਬਦੀਲ ਚੋਰ ਪੈਸੇ ਵੀ ਜਿਹੜੇ ਕਹਿ ਰਹੇ ਕਿ ਲਏ ਆ ਇਹਨਾਂ ਨੇ, ਕੋਈ 3 ਲੱਖ ਰੁਪਏ ਦੀ ਗੱਲ ਆ ਜਾਂ ਹੋਰ ਇਨਵੈਸਟੀਗੇਸ਼ਨ ਸਾਹਮਣੇ ਆ ਸਕਦਾ? ਉਹ ਬਿਲਕੁਲ ਉਹਦੇ ਇਨਵੈਸਟੀਗੇਟ ਕਰ ਰਹੇ ਹਾਂ, ਅਤੇ ਉਹਦੇ 'ਚ ਅਸੀਂ ਜ਼ਰੂਰ ਉਹਦੇ ਬਾਰੇ ਵੀ ਅੱਗੋਂ ਤੁਹਾਨੂੰ ਕੋਈ ਲੋਜੀਕਲ ਐਂਡ 'ਤੇ ਲੈ ਕੇ ਜਾਵਾਂਗੇ, ਅਤੇ ਜਿਹੜਾ ਸਾਡੀ ਰਿਕਾਰਡਿੰਗ 'ਚ ਆ ਚੁੱਕਿਆ ਅਤੇ ਉਹਦੇ ਬਾਰੇ ਅਸੀਂ ਵੈਰੀਫਾਈ ਕਰਕੇ ਅਤੇ ਰਿਕਵਰ ਕਰਾਵਾਂਗੇ। ਬਠਿੰਡਾ ਤੋਂ ਜਸਵੀਰ ਔਲਖ ਦੀ ਰਿਪੋਰਟ, NC7 ਨਿਊਜ਼।